DIG ਹਰਮਨਬੀਰ ਦੀ ਅਗਵਾਈ ਵਿੱਚ ਅੱਜ ਪੁਲਿਸ ਨੇ SSP ਨਾਲ ਗੰਨਾ ਪਿੰਡ ਵਿਖੇ ਛਾਪੇਮਾਰੀ ਕੀਤੀ। DSP ਸਵਰਨਜੀਤ ਸਿੰਘ ਅਤੇ ਥਾਣਾ ਫਿਲੌਰ ਦੇ ਮੁਖੀ ਸੁਖਦੇਵ ਸਿੰਘ ਵੀ ਹਾਜ਼ਰ ਸਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੁਲਿਸ ਦੀ ਛਾਪੇਮਾਰੀ ਦੀ ਖ਼ਬਰ ਸਭ ਤੋਂ ਪਹਿਲਾਂ ਨਸ਼ਾ ਤਸਕਰਾਂ ਤੱਕ ਪਹੁੰਚ ਗਈ ਸੀ ਅਤੇ ਉਹ ਆਪਣੇ ਘਰਾਂ ਨੂੰ ਤਾਲੇ ਲਗਾ ਕੇ ਭੱਜ ਗਏ ਸੀ। ਨਸ਼ੇ ਦੀ ਥੋਕ ਮੰਡੀ ਵਿੱਚ ਪੁਲਿਸ ਨੂੰ ਸਿਰਫ 15 ਗ੍ਰਾਮ ਹੈਰੋਇਨ ਬਰਾਮਦ ਹੋਈ ਅਤੇ ਇੱਕ ਔਰਤ ਨੂੰ ਕੰਡੇ ਸਣੇ ਗ੍ਰਿਫਤਾਰ ਕਰ ਲਿਆ। ਪਰ ਪੁਲਿਸ ਦੀ ਛਾਪੇਮਾਰੀ ਹਮੇਸ਼ਾ ਸਵਾਲਾਂ ਦੇ ਘੇਰੇ ਵਿੱਚ ਰਹਿੰਦੀ ਹੈ। ਪੁਲਿਸ ਵੱਲੋਂ ਨਸ਼ਾ ਤਸਕਰਾਂ ਦਾ ਨੈੱਟਵਰਕ ਤਾਕਤਵਰ ਜਾਪਦਾ ਹੈ। ਉਹ ਕਾਲੀਆਂ ਭੇਡਾਂ ਦਾ ਭੇਤ ਹਜੇ ਤੱਕ ਨਾ ਹੋ ਸਕਿਆ ਜੋ ਸਮਾਗਲਾਂ ਦਾ ਸਾਥ ਦਿੰਦੀਆਂ ਹਨ। ਉੱਥੇ ਸਾਡਾ ਇੱਕ ਕੱਸ ਓਪਰੇਸ਼ਨ ਚੱਲ ਰਿਹਾ ਜਿੱਥੇ ਅਸੀਂ ਹੌਟਸਪੌਟਸ ਨੂੰ ਟਾਰਗੇਟ ਕਰ ਰਹੇ ਹਾਂ, ਜਿੱਥੇ ਜ਼ਿਆਦਾ ਚਿੱਟਾ ਜਾਂ ਹੋਰ ਨਸ਼ੇ ਤਸਕਰ ਰਹਿੰਦੇ ਆ ਜਾਂ ਵੇਚਦੇ ਆ ਜਾਂ ਪੁਆਇੰਟ ਆਫ ਸੇਲ ਆ ਜਿੱਥੇ ਉੱਥੇ ਚਿੱਟਾ ਜ਼ਿਆਦਾ ਉੱਥੇ ਵਿਕਿਆ ਜਾਂਦਾ ਬਿੱਟਾਂ ਦੇ ਰੂਪ 'ਚ ਜਾਂ ਛੋਟੀ ਕੁਆਂਟਿਟੀ ਦੇ ਵਿੱਚ। ਵੱਡੀਆਂ ਕੁਆਂਟਿਟੀਜ਼ 'ਤੇ ਅਸੀਂ ਫੜਦੇ ਰਹਿੰਦੇ ਹਾਂ, ਪਰ ਜਿਹੜੀਆਂ ਛੋਟੀਆਂ ਕੁਆਂਟਿਟੀਜ਼ ਆ ਜਿਹੜੀਆਂ ਕਿ ਸਕੂਲ ਦੇ ਨਿੱਕਰ 'ਚ, ਮੜੀਆਂ 'ਚ, ਹੋਰ ਗਲੀਆਂ ਦੀਆਂ ਨੁੱਕਰਾਂ 'ਚ ਲੋਕ ਜਾ ਕੇ ਜਿਹੜੇ ਮਾੜੇ ਅਨਸਰ ਬੱਚਿਆਂ ਨੂੰ ਦਿੰਦੇ ਆ, ਉਹਨਾਂ ਹੌਟਸਪੌਟਸ ਨੂੰ ਆਇਡੈਂਟੀਫਾਈ ਕਰਕੇ, ਉਹਨਾਂ ਬੰਦਿਆਂ ਨੂੰ ਆਇਡੈਂਟੀਫਾਈ ਕਰਕੇ ਅਸੀਂ ਉਹਨਾਂ 'ਤੇ ਰੇਡ ਕਰਾ ਰਹੇ ਹਾਂ। ਪਲੱਸ ਜਿਹੜੇ ਜਿਹੜੇ ਹੌਟਸਪੌਟਸ ਜਿੱਥੇ ਜ਼ਿਆਦਾ ਨਸ਼ਾ ਤਸਕਰੀ ਦਾ ਕੰਮ ਚੱਲਦਾ ਉੱਥੇ ਅਸੀਂ ਸਰਚ ਅਭਿਆਨ ਚਲਾ ਰਹੇ ਹਾਂ। ਹੁਣੇ ਮੈਂ ਗੰਨਾ ਪਿੰਡ SSP ਜਲੰਧਰ ਰੂਰਲ ਦੇ ਨਾਲ ਉਹਨੂੰ ਸੁਪਰਵਾਈਜ਼ ਕਰਕੇ ਆਏ ਹਾਂ। ਉੱਥੇ ਅਸੀਂ ਮੈਕਸੀਮਮ ਜਿਹੜੇ ਹੈ ਸਰਚ ਓਪਰੇਸ਼ਨ ਜਾਂ ਜਿੰਨੀਆਂ ਵੀ ਰਿਕਵਰੀਆਂ ਹੋਣਗੀਆਂ ਉਹਨਾਂ 'ਤੇ ਅਸੀਂ ਪਰਚੇ ਦੇ ਰਹੇ ਹਾਂ। ਜਿੰਨੇ ਵੀ ਸ਼ੱਕੀ ਵਿਅਕਤੀ ਆ ਔਰ ਜਿੰਨੇ ਵੀ ਮਾੜੇ ਅਨਸਰ ਆ ਜਿੱਥੇ ਰਿਕਵਰੀ ਨਹੀਂ ਵੀ ਹੋ ਰਹੀ ਉਹਨਾਂ ਨੂੰ ਅਸੀਂ ਰਾਊਂਡ ਅਪ ਕਰ ਰਹੇ ਹਾਂ। ਉਹਨਾਂ ਦੇ ਪਿਛਲਾ 1 ਮਹੀਨੇ ਦੀ ਗਤੀਵਿਧੀਆਂ ਜਿਹੜੀਆਂ ਉਹਨਾਂ ਨੂੰ ਚੈੱਕ ਕਰਾਂਗੇ, ਵੈਰੀਫਾਈ ਕਰਾਂਗੇ ਵੀ ਉਹ ਕਿੱਥੇ ਗਏ, ਕਿੱਥੇ ਆਏ, ਕੀ ਕੀਤਾ ਉਹਨਾਂ ਨੇ, ਔਰ ਉਹਨਾਂ ਦੇ ਘਰਾਂ 'ਚ ਵਿੱਚ ਜਿਹੜੀਆਂ ਖੜੀਆਂ ਗੱਡੀਆਂ ਨੇ, ਮੋਟਰਸਾਈਕਲ ਆ, ਟਰੈਕਟਰ ਆ, ਉਹ ਸਾਰਾ ਕੁਝ ਅਸੀਂ ਰਾਊਂਡ ਅਪ ਕਰਕੇ ਲਿਆ ਰਹੇ ਹਾਂ। 2-ਵੀਲਰਸ ਨੇ, ਮੋਟਰਸਾਈਕਲਸ ਨੇ, ਉਹ ਸਾਰੇ ਅਸੀਂ ਜਿਹੜੇ ਰਾਊਂਡ ਅਪ ਕਰਕੇ ਲਿਆ ਕੇ ਉਹਨਾਂ ਦੇ ਕਾਗਜ਼ਾਂ ਦੀ ਵੈਰੀਫਿਕੇਸ਼ਨ ਕਰਕੇ ਫਿਰ ਜਿਹੜੇ ਆ ਉਹਨਾਂ ਦੇ ਹੈਂਡਓਵਰ ਕਰਾਂਗੇ। ਔਰ ਜਿਹੜਾ ਜਿਹੜਾ ਵੀ ਵਹੀਕਲ ਵੈਰੀਫਾਈ ਨਹੀਂ ਹੁੰਦਾ ਔਰ ਉਹ ਦੌਰਾਨੇ ਵੈਰੀਫਿਕੇਸ਼ਨ ਪਤਾ ਲੱਗ ਜਾਂਦਾ ਚੋਰੀ ਦਾ, ਕੰਸਰਨਡ ਜਿਹਦੇ ਘਰ ਦੇ ਵਿੱਚੋਂ ਉਸ ਵਹੀਕਲ ਨੂੰ ਰਾਊਂਡ ਅਪ ਕੀਤਾ ਗਿਆ ਉਹਦੇ ਖਿਲਾਫ਼ ਪਰਚੇ ਦਰਜ ਕੀਤੇ ਜਾਣਗੇ। ਔਰ ਜਿਹੜੇ ਵੀ ਸ਼ੱਕੀ ਵਿਅਕਤੀ ਆ ਜਿਨ੍ਹਾਂ ਦੇ ਉੱਤੇ 2 ਜਾਂ 2 ਤੋਂ ਵੱਧ ਮੁਕੱਦਮੇ ਆ ਉਹਨਾਂ ਸਾਰਿਆਂ ਦੇ ਡੋਜ਼ੀਅਰ ਤਿਆਰ ਕੀਤੇ ਜਾ ਰਹੇ ਆ ਤਾਂ ਕਿ ਉਹਦੇ ਉੱਤੇ ਜਿਹੜੀ ਹੈਗੀ ਆ ਪੁਲਿਸ ਦੀ ਬਾਜ਼ ਵਾਲੀ ਨਿਗਾਹ ਰਹੇ। ਉੱਥੇ ਸਾਰੇ ਜਿਹੜੇ 3 ਇਸ ਰੇਂਜ ਦੇ SSPs ਨੇ ਉਹਨਾਂ ਨੂੰ ਡਾਇਰੈਕਸ਼ਨ ਦੇ ਦਿੱਤੀਆਂ ਗਈਆਂ ਵੀ ਉਹ ਡੋਜ਼ੀਅਰ ਦੀਆਂ 2-2 ਕਾਪੀਆਂ ਬਣਾ ਕੇ 1-1 CIA ਹੈੱਡਕੁਆਟਰ 'ਤੇ ਰਹੇ, 1-1 ਕੰਸਰਨ ਥਾਣੇ 'ਚ ਰਹੇ। ਸੋ ਬਾਕੀ ਦੀਆਂ ਜਿਹੜੀਆਂ ਬਰੀਫਿੰਗਸ ਆ ਉਹ ਸਾਰੀਆਂ ਇਸ ਜ਼ਿਲ੍ਹੇ ਨੂੰ ਦੇ ਦਿੱਤੀਆਂ ਗਈਆਂ, ਸਾਰੇ 3 ਜ਼ਿਲ੍ਹਿਆਂ ਨੂੰ ਦਿੱਤੀਆਂ ਗਈਆਂ। ਨਸ਼ੇ ਦੇ ਅਗੇਂਸਟ ਅਸੀਂ ਬਹੁਤ ਜ਼ਿਆਦਾ ਤਕੜੇ ਹੋ ਕੇ ਪਵਾਂਗੇ। ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀ ਟੀਮਸ ਜਿੰਨੇ ਵੀ SSPs ਨੇ, 3 ਇਹਨਾਂ ਦੀਆਂ ਟੀਮਸ ਨੇ, ਇਹਨਾਂ ਨੂੰ ਪੂਰੇ ਇਹਨਾਂ ਦੀਆਂ ਸਟ੍ਰੈਟਜੀਸ ਪਲੈਨ ਕਰਕੇ ਡਿਸਟ੍ਰਿਕਟ ਵਾਈਜ਼, ਡਿਸਟ੍ਰਿਕਟ ਦੀ ਟੋਪੋਗ੍ਰਾਫੀ ਵਾਈਜ਼ ਇਹਨਾਂ ਦੀਆਂ ਸਟ੍ਰੈਟਜੀਸ ਪਲੈਨ ਕਰਕੇ ਅਸੀਂ ਪੂਰੇ ਜ਼ੋਰ ਦੇ ਨਾਲ ਜਿਹੜਾ ਹੈ ਨਸ਼ੇ ਦੇ ਖਿਲਾਫ ਇਹਨਾਂ ਨੂੰ ਪਵਾਂਗੇ। ਜਿਹੜੇ ਨਸ਼ਾ ਤਸਕਰ ਆ ਇਹਨਾਂ ਨੂੰ ਲਿਆ ਕੇ ਹਵਾਲਾਤਾਂ 'ਚ ਦੇਵਾਂਗੇ, ਇਹਨਾਂ ਨੂੰ ਚੰਗੀ ਤਰ੍ਹਾਂ ਠੋਕਾਂਗੇ ਤਾਂ ਕਿ ਜਿਹੜੀਆਂ ਇਹਨਾਂ ਦੀਆਂ ਆਉਣ ਵਾਲੀਆਂ ਨਸਲਾਂ ਨੇ ਉਹਨਾਂ ਨੂੰ ਵੀ ਚੇਤਾ ਰਹੇ, ਜਿਹੜੀ ਅਸੀਂ ਕਾਰਵਾਈ ਕਰੀਏ।